अपने नाल कुछ होर कॉलर जुड़ रहे हैं, उन्होंने विचार जिहड़े ओह लैंदे आ। जुड़े ने नरेंद्र जी, सत श्री अकाल। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ, ਮੈਂ ਗੱਲ ਕਰਨੀ ਸੀ, ਤੁਸੀਂ ਹੁਣੇ ਗੱਲ ਕਰਦੇ ਸੀ ਨਾ ਇਨਫੋਰਸਮੈਂਟ ਦੀ, ਸੀਟੀਸੀ ਦੀ ਕਿਵੇਂ ਹੋਊਗੀ। ਜੀ ਜੀ। ਸੋ ਇਹਦੇ ਚ ਉਹਨਾਂ ਨੇ ਬੜਾ ਇੱਕ ਕਲੀਅਰ ਕੀਤਾ ਜੀ, ਉਹਨਾਂ ਨੇ ਸਿਸਟਮ ਨੂੰ ਸਾਰੇ ਨੂੰ ਡੀਐਮਵੀ ਦੇ ਸਿਸਟਮ ਨਾਲ ਅਟੈਚ ਕਰ ਦਿੱਤਾ। ਉਹਦੇ ਲਈ ਕੀ ਹੋ ਰਿਹਾ ਕਿ ਜਿਹੜਾ ਟਰੱਕ ਕੰਪਲਾਇੰਸ ਚ ਨਹੀਂ ਹੋਊਗਾ ਉਹਦੀ ਰਜਿਸਟ੍ਰੇਸ਼ਨ ਨਹੀਂ ਹੋਊਗੀ। ਜਦੋਂ ਅਸੀਂ ਰਜਿਸਟ੍ਰੇਸ਼ਨ ਕਰਦੇ ਹਾਂ ਤੇ ਉਹਦੇ ਉੱਤੇ ਆ ਜਾਂਦਾ SB210 ਨਾਨ ਕੰਪਲਾਇੰਸ। ਸੋ ਉਹ ਇਨਫੋਰਸਮੈਂਟ ਤੇ ਆਪੇ ਹੀ ਹੋ ਗਈ, ਜਿੰਨੇ ਵੀ ਤੁਹਾਡੀ ਰਜਿਸਟ੍ਰੇਸ਼ਨ ਹੈ ਕਿਸੇ ਦੀ, ਜੇ ਉਹ ਨਹੀਂ ਹੈਗਾ ਸਿਸਟਮ ਵਿੱਚ ਰਜਿਸਟਰਡ ਜਾਂ ਉਹ ਪ੍ਰੋਪਰ ਸਮੋਕ ਚੈੱਕ ਵਗੈਰਾ, ਜਦੋਂ ਵੀ ਉਹ ਕਹਿਣਗੇ ਪਹਿਲੇ 3 ਸਾਲ ਉਹ 6-6 ਮਹੀਨੇ ਬਾਅਦ ਕਹਿਣਗੇ, ਬਾਅਦ ਚ ਫਿਰ 3-3 ਮਹੀਨੇ ਬਾਅਦ ਕਹਿਣਗੇ। ਜੇ ਉਹ ਨਹੀਂ ਹੋਇਆ ਤਾਂ ਰਜਿਸਟ੍ਰੇਸ਼ਨ ਨਹੀਂ ਹੋਣੀ ਕਿਸੇ ਦੀ ਵੀ। ਈਵਨ ਹੁਣੇ ਹੀ ਸਿਸਟਮ ਕਈਆਂ ਨੂੰ ਬਲੌਕ ਕਰਨ ਲੱਗ ਗਿਆ, ਹਾਲਾਂਕਿ ਉਹਦੀ ਇੰਪਲੀਮੈਂਟੇਸ਼ਨ 1 ਜਨਵਰੀ ਤੋਂ ਆ। ਠੀਕ ਆ। ਅੱਛਾ, ਪਹਿਲਾਂ ਹੀ ਆਲਰੇਡੀ ਤੁਸੀਂ ਦੇਖ ਰਹੇ ਆ। ਹਾਂਜੀ ਹਾਂਜੀ, ਕਿਉਂਕਿ ਉਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤਾ ਸੀ 1 ਨਵੰਬਰ ਤੋਂ, ਪਰ ਉਹ DMV ਤੇ ਏਅਰ ਸੋਰਸ ਬੋਰਡ ਦੀ ਕੋਈ ਮਿਸਕਮਿਊਨੀਕੇਸ਼ਨ ਸੀਗੀ, ਉਹ ਹੁਣੇ ਕਈ ਟਰੱਕ ਰੁਕ ਜਾਂਦੇ ਆ ਤੇ ਉਹ ਫਿਰ ਉਹਨਾਂ ਨੂੰ ਏਅਰ ਸੋਰਸ ਬੋਰਡ ਨੂੰ ਭੇਜ ਕੇ ਕਲੀਅਰ ਕਰਾਉਣੇ ਪੈਂਦੇ ਆ, ਤੇ ਪਹਿਲੀ ਤੋਂ ਬਾਅਦ ਤਾਂ ਫਿਰ ਹੋਣੇ ਹੀ ਨਹੀਂ। ਫਿਰ ਜੇ ਉਹ ਰਜਿਸਟਰਡ ਹੋਏ ਹੋਣਗੇ, ਕੰਪਲਾਇੰਸ ਹੋਣਗੇ, ਤਾਂ ਉਹ ਅੱਗੇ ਫਾਰਵਰਡ ਤੁਸੀਂ ਜਾ ਸਕਦੇ ਆ, ਅਦਰਵਾਈਜ਼ ਨਹੀਂ ਜਾ ਸਕਦੇ। ਠੀਕ ਹੈ ਜੀ। ਹਾਂਜੀ, ਥੈਂਕ ਯੂ ਨਰਿੰਦਰ ਜੀ ਦੱਸਣ ਦੇ ਲਈ। ਥੈਂਕ ਯੂ ਵੀਰੇ, ਥੈਂਕ ਯੂ, ਮਿਹਰਬਾਨੀ, ਧੰਨਵਾਦ। ਥੈਂਕ ਯੂ ਜੀ। ਜੀ ਗੁਰਨਾਮ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਤਿੰਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਕਰਨ ਵਾਲੇ ਨੂੰ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਇੱਥੇ ਆਪਣੇ ਪੰਜਾਬੀਆਂ ਕੋਲ ਕਿਉਂ ਨਹੀਂ ਸਟੈਪ ਲਿਆ ਜਾ ਰਿਹਾ, ਕਿਉਂਕਿ ਜਿੱਥੇ ਹੁਣ ਗਲਾ ਘੁੱਟਿਆ ਜਾ ਰਿਹਾ ਆਮ ਬੰਦੇ ਦਾ, ਨੋਰਮਲ ਇਨਸਾਨ ਦਾ, ਉੱਥੇ ਕਿਉਂ ਨਹੀਂ ਸਟੈਪ ਲਿਆ ਜਾਂਦਾ? ਉੱਦਾਂ ਦੇ ਆਪਾਂ ਲਾਇਕ ਲਾ ਬੁੱਕ ਦੇ ਮਾਮਲੇ 'ਚ ਕਿੱਥੇ ਤੱਕ ਕਿੰਨਾ ਤੇਲ ਫੂਕਿਆ, ਕਿੰਨੇ ਚਾਹ ਪਕੌੜੇ ਖਾਧੇ ਆ, ਹੁਣ ਜਿੱਥੇ ਅਸਲ 'ਚ ਗਲਾ ਘੁੱਟਿਆ ਜਾ ਰਿਹਾ ਉੱਥੇ ਕਿਉਂ ਨਹੀਂ ਆਪਣੇ ਪੰਜਾਬੀ ਬੋਲਦੇ ਵੀ ਇਹ ਲਾ ਨਹੀਂ ਪਾਸ ਹੋਣਾ ਚਾਹੀਦਾ, ਇਹ ਲਾ ਵਿਰੁੱਧ ਕਿਉਂ ਨਹੀਂ ਬੋਲਦੇ? ਹੁਣ ਲਾ ਬੁੱਕ ਨਾਲ ਤਾਂ ਕੋਈ ਅਸਰ ਨਹੀਂ ਪੈਂਦਾ ਇਹੋ ਜਿਹਾ, ਠੀਕ ਆ, ਪਰ ਇੰਨਾ ਕਿੰਨਾ ਅਸਰ ਪੈਣਾ ਇਹ ਸੋਚ ਕੇ ਵੇਖੋ ਭਲਾ ਮੜ ਜਾ। ਹਾਂਜੀ ਜੀ, ਹਾਂਜੀ, ਇਹ ਮਤਲਬ ਕੀ ਤੁਸੀਂ ਕਾਰ ਦੇ ਲਾ ਦੀ ਗੱਲ ਕਰ ਰਹੇ ਹੋ? ਹਾਂਜੀ ਹਾਂਜੀ, ਜੇ ਮੰਨ ਲਓ ਟਰੱਕ ਆਮ ਬੰਦੇ ਕੋਲ ਮਾੜਾ ਟਰੱਕ ਆ, ਤੈਨੂੰ ਕੀ ਪ੍ਰੋਬਲਮ ਆ, ਇਹਨਾਂ ਨੂੰ ਕੀ ਗਵਰਨਮੈਂਟ ਨੂੰ ਕੀ ਪ੍ਰੋਬਲਮ ਆ ਰਹੀ, ਤੁਹਾਨੂੰ ਲੱਗਦਾ ਵੀ ਗਲ ਘੁੱਟਿਆ ਜਾ ਰਿਹਾ ਬੰਦੇ ਦਾ? ਦੇਖੋ ਜੀ, ਇਹ ਗੱਲ ਜਿਹੜਾ 2008-9-7 ਦਾ ਚੱਲਿਆ ਹੋਇਆ, ਔਰ ਮੈਂ ਇਸ ਚੀਜ਼ ਦਾ 2013 ਤੋਂ ਗਵਾਹ ਹੈਗਾ ਕਿ ਜਿੰਨੀਆਂ ਕੁ ਮੀਟਿੰਗਸ, ਜਿੰਨੀਆਂ ਕੁ ਐਜੀਟੇਸ਼ਨ, ਜਿੰਨੀਆਂ ਕੁ ਚੀਜ਼ਾਂ ਦੇ ਵਿੱਚ ਮੈਂ ਗਿਆ ਹੈਗਾ ਘਰ ਦੀਆਂ ਚੀਜ਼ਾਂ ਦੇ ਵਿੱਚ, ਤੇ ਮੇਰੇ ਖਿਆਲ ਅੱਜ ਤੱਕ ਰੌਲਾ ਪਾ ਪਾ ਕੇ ਗੱਲ ਦਾ ਥੁੱਕ ਵੀ ਸੁੱਕ ਗਿਆ, ਪਰ ਅੱਜ ਤੱਕ ਕੋਈ ਮੀਟਿੰਗ ਤੇ ਨਹੀਂ ਆਉਂਦਾ ਤੇ ਨਾ ਹੀ ਕੋਈ ਉੱਥੇ ਪ੍ਰੋਟੈਸਟ ਜਾਂਦਾ ਹੈ। ਇਹ ਅੱਜ ਦੀ ਨਹੀਂ, ਇਹ ਲਾ ਜਿਹੜਾ ਬਹੁਤ ਪੁਰਾਣਾ ਚੱਲਿਆ ਆ ਰਿਹਾ, ਬਹੁਤ ਪੁਰਾਣਾ, ਇਹ ਸਿਰਫ ਹੁਣ ਤਰੀਕਾਂ ਆ ਰਹੀਆਂ ਜਦੋਂ ਇੰਪਲੀਮੈਂਟ ਹੋਣਾ ਹੈ। ਭਾਜੀ ਇਹ ਤੁਸੀਂ ਛੱਡ ਦਿਓਗੇ, ਅਸੀਂ ਮੇਰੇ ਖਿਆਲ ਪੰਜਾਬੀ ਜਿਹੜੀ USA ਗਵਾਹ ਇਸ ਚੀਜ਼ ਦਾ ਕਿ ਆਪਾਂ ਕਦੋਂ ਦੇ ਅਗਾਹ ਕਰ ਰਹੇ ਹਾਂ ਹਰ ਇੱਕ ਨੂੰ। ਮੇਰੇ ਖਿਆਲ ਸ਼ਾਇਦ ਹੋ ਸਕਦਾ ਵੀ ਕੋਈ ਵੀ ਏਡਾ ਲੰਮਾ ਜਿਹੜਾ ਆ ਵੀ ਚੀਜ਼ ਨਾ ਚੱਲੀ ਹੋਵੇ। ਮੈਨੂੰ ਅਜੇ ਤੱਕ ਯਾਦ ਆ ਕਿ ਅਸੀਂ 2013 ਦੇ ਵਿੱਚ ਅਨਾਊਂਸ ਕੀਤਾ ਸੀ ELD ਦਾ, 2017 ਦੇ ਵਿੱਚ ਜਾ ਕੇ ਲੱਗੀ ਆ, 2013 ਤੋਂ ਲੈ ਕੇ 2017 ਤੱਕ ਕਿਸੇ ਨੇ ਚੂੰ ਤੱਕ ਨਹੀਂ ਕੀਤੀ। ਜਿੱਦਣ 2017 ਜਾ ਕੇ ਲੱਗਣ ਲੱਗੀ ਉੱਦਣ ਜਾ ਕੇ ਅਸੀਂ ਝੰਡੇ ਚੱਕ ਕੇ ਤੁਰੇ ਹਾਂ। ਆਹ ਹੁਣ ਕਾਰਨ ਦੀ ਗੱਲ ਆ, ਇਹ 2008-9 ਦੀ ਚੱਲਣ ਲਈ ਆ, ਠੀਕ ਆ। ਅੱਜ ਅਸੀਂ 2023 ਦੇ ਵਿੱਚ ਜਾ ਕੇ ਕਹਿੰਦੇ ਵੀ ਆਪਾਂ ਖੜਦੇ ਨਹੀਂ, ਆਪਾਂ ਕਦੀ ਵੀ ਨਹੀਂ ਖੜਦੇ। ਇਹ ਸਾਡੀ ਤ੍ਰਾਸਦੀ ਆ ਸਾਡੀ ਕਮਿਊਨਿਟੀ ਦੀ, ਅਸੀਂ ਕਦੀ ਵੀ ਨਹੀਂ ਖੜਦੇ। ਜਦੋਂ ਮੌਕੇ ਤੇ ਗਰਾਸ ਰੂਟ ਲੈਵਲ ਤੇ ਜਦੋਂ ਲੜਨ ਦੀ ਗੱਲ ਆਉਂਦੀ ਆ ਨਾ, ਉਦੋਂ ਕੋਈ ਮੀਟਿੰਗ ਚ ਨਹੀਂ ਆਉਂਦਾ, ਉਦੋਂ ਹਰ ਕਹਿੰਦਾ ਜੋ ਉੱਥੇ ਹੋਇਆ ਸੀ ਮੈਨੂੰ ਦੱਸ ਦੀ ਮੀਟਿੰਗ। ਸੋ ਆਈ ਐਮ ਸੋਰੀ ਟੂ ਸੇ ਭਾਜੀ ਕਿ ਅੱਜ ਤੁਸੀਂ ਇਹ ਗੱਲ ਕਰ ਰਹੇ ਹਾਂ, ਅਸੀਂ ਪਤਾ ਨੀ ਕਦੋਂ ਦੇ ਰੌਲਾ ਪਾ ਰਹੇ ਹਾਂ, ਪਰ ਮੀਟਿੰਗ ਦੇ ਵਿੱਚ, ਇਸੇ ਪ੍ਰੋਟੈਸਟ ਦੇ ਵਿੱਚ ਕਿਸੇ ਚੀਜ਼ ਚ ਕੋਈ ਨੀ ਆਉਂਦਾ। ਅਲਟੀਮੇਟਲੀ ਐਂਡ ਤੇ ਜਦੋਂ ਜਾ ਕੇ ਕਹਿੰਦੇ ਨਾ, ਜਦੋਂ ਤੁਸੀਂ ਹੁਣ ਕਹਿੰਦੇ ਗਲਾ ਘੁੱਟਿਆ ਜਾ ਰਿਹਾ, ਇਹ ਗਲਾ ਤਾਂ ਬੜੇ ਚਿਰ ਦਾ ਘੁੱਟਿਆ ਜਾਣ ਰਿਹਾ। ਕਿੰਨੀਆਂ ਅਸੰਪਸ਼ਨਸ ਮਿਲੀਆਂ ਤੁਹਾਨੂੰ ਆਪਣੇ ਕੈਰੀਅਰਸ ਨੂੰ, ਕਿੰਨੀਆਂ ਅਸੰਪਸ਼ਨਸ ਮਿਲੀਆਂ? ਕਦੋਂ ਦਾ ਇਹ ਜਿਹੜਾ ਲਾ ਆ, ਇਹਨੂੰ ਪੁਸ਼ ਆਊਟ ਕਰਕੇ ਹੋ ਰਿਹਾ, ਪਰ ਕਿਸੇ ਨੇ ਪ੍ਰੋਟੈਸਟ ਕਰਨ ਦੀ ਕੋਸ਼ਿਸ਼, ਕਿਸੇ ਨੇ ਆਪਣੇ ਲੋਕਲ ਲਾ ਗੱਲ ਕੀਤੀ, ਕਿਸੇ ਨੇ ਨਹੀਂ ਕੀਤੀ ਜੀ। ਸੋ ਆਮ ਸੋਰੀ ਟੂ ਸੇ ਦਿਸ ਇਜ਼ ਨਾਟ ਰਾਈਟ। ਨਹੀਂ 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 ਭਾਜੀ, ਤੁਸੀਂ ਤੇ ਅਗਾਹ ਕਰਦੇ ਆ ਰਹੇ ਹਾਂ, ਪੰਜਾਬੀ ਰੇਡੀਓ USA ਵੀ ਆ, ਪਰ ਰੌਲਾ ਭਾਜੀ ਸਾਡੇ ਅਗਾਹ ਕਰਨ ਦਾ ਫਾਇਦਾ ਕੀ ਆ? ਨਹੀਂ ਨਹੀਂ, ਸਾਡੇ ਅਗਾਹ ਕਰਨ ਦਾ ਸਾਨੂੰ ਦੱਸੋ ਨਾ ਵੀ ਸਾਨੂੰ, ਮਤਲਬ ਅਸੀਂ ਅਲਟੀਮੇਟਲੀ ਆਣ ਕੇ ਕਈ ਵਾਰੀ ਇਹ ਸੋਚੀਦਾ ਦਿਮਾਗ ਦੇ ਵੀ ਸਾਡਾ ਫਾਇਦਾ ਕੀ, ਅਸੀਂ ਕੀ ਮਤਲਬ ਕੀ ਅਚੀਵ ਕੀ ਕੀਤਾ? ਕਿਉਂਕਿ ਨਹੀਂ ਨਹੀਂ ਇਵੈਂਚੁਅਲੀ ਤਾਂ ਜਿਹੜੇ ਇੰਡਸਟਰੀ ਚ ਰੌਲਾ ਤਾਂ ਉਹਨਾਂ ਨੂੰ ਪਾਉਣਾ ਪੈਣਾ। ਅਸੀਂ ਤਾਂ ਤੁਹਾਨੂੰ ਖਬਰ ਦੱਸ ਸਕਦੇ ਹਾਂ ਆਹ ਹੋ ਰਿਹਾ, ਏਦਾਂ ਹੋ ਜਾਣਾ, ਆਹ ਹੋਣ ਵਾਲਾ ਆ, ਫਿਰ ਸਾਨੂੰ ਆ ਕੇ ਕਹਿੰਦੇ ਯਾਰ ਅਜੇ ਤਾਂ ਇਲੈਕਟ੍ਰਿਕ ਟਰੱਕ ਤਾਂ ਆਉਣੇ ਆ 35 ਚ, ਤੁਸੀਂ ਪਹਿਲਾਂ ਕੋਈ ਦੱਸਦੇ ਆ,
13 साल हो गया, 13 साल हो गया कार दा रौला पाउंदे नूं, 13 साल। ਇਵੈਂਚੁਅਲੀ ਆਉਣਾ ਹੀ ਸੀਗਾ ਜੀ। ਦੇਖੋ ਇੱਕ ਚੀਜ਼ ਆ ਇਹ ਸਾਰੇ ਦੇ ਵਿੱਚ, ਕੱਲ ਦੇ ਐਲੀਮੈਂਟ ਕਾਨਫਰੰਸ ਦੇ ਵਿੱਚ ਵੀ ਜਿਹੜੇ ਆਪਣੇ ਕਿਸਾਨ ਸੀ ਨਾ ਉਹ ਬੜੇ ਨਿਰਾਸ਼ ਸੀਗੇ। ਇਹ ਆਪਾਂ ਕਿੰਨੀ ਦੀ ਉਹ ਪ੍ਰੋਗਰਾਮ ਚ ਵੀ ਗੱਲ ਕੀਤੀ, ਇਹ ਪ੍ਰੋਗਰਾਮ ਚ ਵੀ ਗੱਲ ਕੀਤੀ, ਤਕਰੀਬਨ ਇਹ ਗੱਲ ਹਰ ਥਾਂ ਤੇ ਢੁੱਕਦੀ ਆ। ਯੋਰ ਸਾਇਲੈਂਸ ਇਜ਼ ਬੇਸਿਕਲੀ ਸੇਇੰਗ ਯੈਸ, ਜਿਹੜੀ ਮੁੱਕ ਦੀ ਗੱਲ ਆ ਤੁਹਾਡੀ ਚੁੱਪੀ ਹਾਂ ਦੇ ਬਰਾਬਰ ਆ। ਇਹ ਕਹਾਵਤਾਂ ਐਵੇਂ ਨਹੀਂ ਬਣੀਆਂ, ਇਹ ਚਿਰ ਤੋਂ ਇਸੇ ਲਈ ਬਣੀਆਂ ਆ, ਜਦੋਂ ਤੁਸੀਂ ਕਿਤੇ ਕੋਈ ਅਨਿਆ ਹੁੰਦਾ ਦੇਖਦੇ ਚੁੱਪ ਵੱਟ ਲੈਂਦੇ ਆ, ਚਾਹੇ ਉਹ ਟਰਾਂਸਨੈਸ਼ਨਲ ਜਿਹੜੀ ਰਿਪਰੈਸ਼ਨ ਆ ਉਸ ਦੀ ਗੱਲ ਕਰ ਲਓ, ਚਾਹੇ ਇਹਨਾਂ ਕਾਨੂੰਨਾਂ ਦੀ ਗੱਲ ਕਰ ਲਓ, ਜੇ ਤੁਸੀਂ ਚੁੱਪੀ ਧਾਰ ਲਈ ਆ ਇਹਦਾ ਮਤਲਬ ਤੁਹਾਡੀ ਚੁੱਪ ਵਿੱਚ ਉਹਨਾਂ ਦੀ ਹਾਂ ਜੁੜੀ ਹੋਈ ਆ, ਤੁਸੀਂ ਉਸ ਦੇ ਹੱਕ ਦੇ ਵਿੱਚ ਆ। ਅਗਲਿਆਂ ਨੂੰ ਕੀ ਬਦਲਣ ਦੀ ਲੋੜ ਆ ਜਦੋਂ ਤੁਸੀਂ ਰੌਲਾ ਹੀ ਨਹੀਂ ਪਾਉਣਾ। ਉੱਥੇ ਉਹ ਕਹੀ ਜਾਂਦੇ ਸੀ ਵੀ ਦਾ ਸਕੂਕੀ ਵੀਲ, ਵੀ ਰੌਲਾ ਪਾਓ, ਪਰ ਜਿਨ੍ਹਾਂ ਦੇ ਉੱਤੇ ਭਾਰ ਆ ਉਹ ਉਹਨਾਂ ਨੂੰ ਫਰਕ ਹੀ ਕੋਈ ਨਹੀਂ ਜਿਹੜਾ ਉਹ ਪੈ ਰਿਹਾ। ਸੋ ਆਈ ਥਿੰਕ ਹੁਣ ਹਾਥੀ ਵੀ ਲੰਘ ਗਿਆ, ਪੂੰਛ ਵੀ ਲੰਘ ਗਈ ਆ, ਹੁਣ ਤਾਂ ਸਵਾਰੀ ਕਰੋ ਹਾਥੀ ਦੀ। ਹੁਣ ਤਾਂ ਇਹੀ ਸਾਡਾ ਦੱਸਣਾ ਆ ਵੀ ਟਿਕਟਾਂ ਨਾ ਲੈ ਲਿਓ ਜਾਂ ਹੋਰ ਤੁਹਾਡੇ ਤੇ ਫਾਈਨ ਨਾ ਹੋਵੇ, ਵੀ ਆਪਣੇ ਆਪ ਨੂੰ ਕੰਪਲੇਂਟ ਕਰ ਲਿਓ ਜੇ ਤੁਸੀਂ ਬਿਜ਼ਨਸ ਦੇ ਵਿੱਚ ਰਹਿਣਾ ਆ ਤਾਂ। ਮੈਂ ਤਾਂ ਰਾਜ ਗਿਆ ਨਾ, ਹੁਣ ਹੋਰ ਗੱਲਾਂ ਦੀਆਂ ਗੱਲਾਂ ਕੀ ਯਾਰ। ਚਲੋ ਤੁਸੀਂ ਪ੍ਰੋਟੈਸਟ ਤੇ ਨਹੀਂ ਆਉਣਾ, ਚਲੋ ਤੁਸੀਂ ਮੀਟਿੰਗ ਚ ਨਹੀਂ ਆਉਣਾ, ਅਸੀਂ ਤਾਂ ਇੱਕ ਸਿਰਫ ਕਹਿੰਦੇ ਵੀ ਮੈਂਬਰ ਬਣੋ, ਨਾ ਤਾਂ ਵੀ ਮੈਂਬਰਸ਼ਿਪ ਅਸੀਂ ਨੰਬਰ ਦਾ, ਜੇ ਅਸੀਂ ਕਿਤੇ ਜਾਂਦੇ ਰੀਪ੍ਰੈਜੈਂਟ ਕਰਦੇ ਹਾਂ ਘੱਟੋ ਘੱਟ ਅਸੀਂ ਨੰਬਰ ਤਾਂ ਦਿਖਾ ਸਕੀਏ ਵੀ ਸਾਡੇ ਇੰਨੇ ਹਜ਼ਾਰ ਬੰਦੇ ਸਾਡੇ ਪਿੱਛੇ ਆ, ਠੀਕ ਹੈ ਨਾ। ਅਸੀਂ ਉਹ ਵੀ ਨਹੀਂ ਕਰ ਸਕਦੇ ਹੈਗੇ, ਮਤਲਬ ਹੋਰ ਗੱਲਾਂ ਦੀਆਂ ਗੱਲਾਂ ਤਾਂ ਛੱਡੋ, ਕਿਤੇ ਜਾਣਾ ਆਉਣਾ ਛੱਡੋ, ਜੇ ਤੁਹਾਡੀ ਰੀਪ੍ਰੈਜੈਂਟੇਸ਼ਨ ਕਰਨ ਨੂੰ ਕੋਈ ਬੈਠਾ ਆ, ਕੋਈ ਕਰਦਾ ਆ, ਤੁਸੀਂ ਉਸ ਚੀਜ਼ ਨੂੰ ਤਾਂ ਸਪੋਰਟ ਕਰੋ ਨਾ ਲੋਕ, ਉਹਨੂੰ ਵੀ ਨਹੀਂ ਸਪੋਰਟ ਕਰਦੇ। ਉਹਨੂੰ ਵੀ ਕਈ ਵਾਰੀ ਸਾਨੂੰ ਕਾਲ ਕਰਕੇ ਕਹਿੰਦੇ ਯਾਰ ਮੈਂ ਬੈਨੀਫਿਟ ਕੋਈ ਹੈ ਨਹੀਂ ਗਾ, ਸੋ ਮੇਰੀ ਅੱਜ ਦੀ ਤਰੀਕ ਦੇ ਵਿੱਚ ਜੇ ਮੈਂ 10 ਮੈਂਬਰ ਸਾਈਨ ਅਪ ਕਰਦਾ ਆ ਨਵੇਂ, ਤੇ ਉਹਦੇ ਪਿਛਲੇ ਸਾਲ ਵਾਲੇ ਅਗਲੇ ਪਿਛਲੇ ਸਾਲ ਵਾਲੇ 8 ਮੈਂਬਰ ਕੈਂਸਲ ਹੋ ਜਾਂਦੇ ਆ। ਬੈਡ ਇਸ ਗੱਲੋਂ ਵੀ ਆਪਾਂ ਹਿੱਸਾ ਨੀ ਲੈਂਦੇ, ਤੇ ਡੈਮੋਕ੍ਰੇਸੀ ਜਿਹੜੀ ਆ ਨਾ, ਹਾਂ ਵੀ ਐਕਟ ਕਰਨਾ ਚਾਹੀਦਾ ਇਨ ਟਾਈਮ, ਸੱਪ ਲੰਘੇ ਤੇ ਲੀਕ ਕੁੱਟੇ ਦਾ ਕੋਈ ਫਾਇਦਾ ਨੀ, ਜਿਹੜਾ ਉਹ ਗੱਲ ਹੁੰਦੀ ਆ ਵੀ ਮੌਕੇ ਤੇ ਹੀ ਹੁੰਦਾ ਆ ਵੀ ਉਹ ਚੀਜ਼ ਹੁੰਦੀ। ਰਾਜਗੜ੍ਹ ਹੋਰ ਗੱਲ ਦੱਸਦੇ, ਜਿਹੜੀ ELD ਹੈਗੀ ਆ, ELD ਜਿਹੜੀਆਂ ਬੰਦ ਹੋਈਆਂ ਹੈਗੀਆਂ, ਉਹਦੇ ਬਾਰੇ ਦੇ ਵਿੱਚ ਬਹੁਤ ਕੁਐਸਚਨ ਆਉਂਦਾ ਹੈਗਾ। ਮੈਂ ਥੋੜਾ ਟਾਈਮ ਲਾ ਕੇ ਦੱਸਦਾ ਕਿ ਜਿਹੜੀਆਂ ELD ਬੰਦ ਹੋਈਆਂ ਹੈਗੀਆਂ ਉਹ ਬੇਸਿਕਲੀ December 1 ਨੂੰ ਬੰਦ ਹੋਈਆਂ ਹੈਗੀਆਂ, December 1 ਤੋਂ ਨੋਨ ਕੰਪਲਾਇੰਟ ਹੈਗੀਆਂ, ਠੀਕ ਆ ਜੀ। ਸੋ ਨੋਨ ਕੰਪਲਾਇੰਟ ਦਾ ਮਤਲਬ ਇਹ ਹੈ ਕਿ ਜੇ ਤੁਹਾਨੂੰ ਜਿਹੜਾ ਆ ਬਾਹਰ ਲਾ ਇਨਫੋਰਸਮੈਂਟ ਤੁਹਾਨੂੰ ਰੋਕਦਾ ਆ, ਦੇ ਕੈਨ ਇਸ਼ੂ ਯੂ ਆ ਵਾਰਨਿੰਗ, ਦੇ ਕੈਨ ਇਸ਼ੂ ਯੂ ਆ ਵਾਰਨਿੰਗ ਸੇਇੰਗ ਕਿ ਨੋਨ ਕੰਪਲਾਇੰਟ ELD ਆ, ਇਹ ELD ਦਾ ਜਿਹੜਾ ਆ ਡਾਟਾ ਜਿਹੜਾ ਆ ਉਹ ਉਹਨਾਂ ਨੂੰ ਤੁਸੀਂ ਟ੍ਰਾਂਸਫਰ ਨਹੀਂ ਕਰ ਸਕਦੇ। ਉਹ ਡਾਟਾ ਤੁਹਾਡੇ ELD ਤੇ ਦੇਖ ਸਕਦੇ ਆ, ਪਰ ਡਾਟਾ ਟ੍ਰਾਂਸਫਰ ਨਹੀਂ ਹੋ ਸਕਦਾ ਉਹਨਾਂ ਨੂੰ। ਸੋ ਜੇ ਡਾਟਾ ਟ੍ਰਾਂਸਫਰ ਨਹੀਂ ਹੁੰਦਾ, ਉਹ ਚੀਜ਼ ਜਿਹੜੀ ਆ ਉਹ ਵਾਇਓਲੇਸ਼ਨ ਹੈਗੀ ਆ ਤੁਹਾਡੀ। ਸੋ ਜਿਹੜੀ ਵੀ ਤੁਸੀਂ ELD ਜੇ ਕੋਈ ਵੀ ਤੁਹਾਡੀ ਇਸ ਵੇਲੇ ਰਿਵੋਕ ਹੋਈ ਆ, ਤੁਸੀਂ ਆਪਣੀ ਪੇਪਰ ਲੋਗ ਬੁੱਕ ਯੂਜ ਕਰ ਸਕਦੇ ਆ, ਤੇ ਨਾਲ ਦੇ ਨਾਲ ਹੀ ਤੁਸੀਂ ਆਪਣੀ ਜਿਹੜੀ ਨਵੀਂ ELD ਆ ਕੋਈ ਵੀ ਜੇ ਨਵੀਂ ਕਰਨੀ ਹੈਗੀ ਆ, ਜੇ ਤੁਸੀਂ ਵੇਟ ਕਰਨੀ ਆ ਇਸ ELD ਦੀ, ਦੈਟਸ ਫਾਈਨ। ਜਿਹੜੀ ਤੁਹਾਡੀ ਰਿਵੋਕ ਹੋਈ ਆ ਉਹਦੀ ਤੁਸੀਂ ਵੇਟ ਕਰਨੀ ਆ, ਵੇਟ ਕਰ ਸਕਦੇ ਆ, ਹਫ਼ਤਾ 2 ਹਫ਼ਤੇ ਵੇਟ ਕਰ ਸਕਦੇ ਆ। ਜੇ ਤੁਹਾਨੂੰ 2 ਹਫ਼ਤਿਆਂ ਦੇ ਵਿੱਚ ਕੋਈ ਜਵਾਬ ਨਹੀਂ ਆਉਂਦਾ ਹੈਗਾ, ਤੁਸੀਂ ਆਪਣੀ ਨਵੀਂ ELD ਜਿਹੜੀ ਆ ਉਹ ਆਰਡਰ ਕਰ ਸਕਦੇ ਆ, ਔਰ ਉਹਦੀ ਆਰਡਰ ਰਸੀਦ ਨਾਲ ਰੱਖ ਸਕਦੇ ਆ, ਤੇ ਤੁਸੀਂ 30 ਜਨਵਰੀ ਤੱਕ ਪੇਪਰ ਲੋਗ ਬੁੱਕ ਯੂਜ਼ ਕਰ ਸਕਦੇ ਆ, ਜਦ ਤੱਕ ਤੁਹਾਡੀ ELD ਆਣ ਕੇ ਤੁਹਾਡੀ ਇੰਸਟਾਲ ਨਹੀਂ ਹੁੰਦੀ। ਪਰ ਤੁਹਾਡੀ ELD 30 ਜਨਵਰੀ ਤੋਂ ਪਹਿਲਾਂ ਤੁਹਾਡੇ ਟਰੱਕ 'ਤੇ ਇੰਸਟਾਲ ਹੋਣੀ ਚਾਹੀਦੀ ਆ। ਸੋ ਕਹਿਣ ਦਾ ਭਾਵ ਇਹ ਆ, ਹਰਭੁਪਿੰਦਰ ਸਿੰਘ ਹੁਣੀ ਪੁੱਛ ਰਹੇ ਸੀਗੇ ਕਿ ਆਪਾਂ ਕਿੱਦਾਂ ਕਰ ਸਕਦੇ ਹਾਂ, ਵੀ ਕਿੰਨਾ ਚਿਰ ਪੇਪਰ ਲੋਗ ਬੁੱਕ ਯੂਜ਼ ਕਰ ਸਕਦੇ ਹਾਂ। ਸੋ ਤੁਸੀਂ December 1 ਤੋਂ ਲੈ ਕੇ January 30 ਦੇ ਵਿੱਚ ਪੇਪਰ ਲੋਗ ਬੁੱਕ ਯੂਜ਼ ਕਰ ਸਕਦੇ ਆ, ਪਲੱਸ ਤੁਹਾਡੀ ELD ਜਿਹੜੀ ਆ ਨਵੀਂ ELD ਆ, ਜਾਂ ਇਹ ਪੁਰਾਣੀ ਜਿਹੜੀ ELD ਜੇ ਇਹ ਰੀਇਨਸਟੇਟ ਹੋ ਜਾਂਦੀ ਆ, ਤੇ ELD 30 ਜਨਵਰੀ ਤੋਂ ਪਹਿਲਾਂ ਤੁਹਾਡੇ ਟਰੱਕ 'ਚ ਚੱਲਣੀ ਚਾਹੀਦੀ ਆ। ਸੋ 60 ਦਿਨ ਮਿਲਦੇ ਆ ਬੇਸਿਕਲੀ, 60 ਡੇਜ਼ ਆ, 60 ਡੇਜ਼ ਹੈਗੀ ਆ ਕਿਸੇ ਵੀ ਕੈਰੀਅਰ ਕੋ ਜਿਹੜਾ
ਨਾਨ ਕੰਪਲਾਇੰਟ ਈਐਲਡੀ ਯੂਜ਼ ਕਰ ਰਿਹਾ ਇਸ ਵੇਲੇ ਉਹ ਤੋਂ 60 ਡੇਜ਼ ਹੈਗੇ ਆ ਸੋ ਮੈਂ ਰਿਕਮੈਂਡ ਇਹ ਕਰ ਰਿਹਾ ਕਿ ਅੱਜ ਦੀ ਤਰੀਕ ਦੇ ਵਿੱਚ ਜੇ ਤੁਸੀਂ ਕੋਈ ਵੀ ਤੁਹਾਡੀ ਈਐਲਡੀ ਜਿਹੜੀ ਆ ਉਹ ਯੂਨੋ ਰਿਵੋਕ ਹੋਈ ਆ ਪਲੀਜ਼ ਪੇਪਰ ਲਾਗ ਬੁੱਕ ਯੂਜ਼ ਕਰੋ ਕਿਉਂਕਿ ਕਾਲਸ ਆ ਰਹੀਆਂ ਹੈਗੀਆਂ ਜਿਹਦੇ ਵਿੱਚ ਕਿ ਡਰਾਈਵਰ ਨੂੰ ਰੋਕਿਆ ਜਾ ਰਿਹਾ ਔਰ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਇਹ ਜਿਹੜੀ ਈਐਲਡੀ ਹੈਗੀ ਆ ਇਹ ਨਾਨ ਕੰਪਲਾਇੰਟ ਹੈਗੀ ਆ ਸੋ ਨਾਨ ਕੰਪਲਾਇੰਟ ਈਐਲਡੀ ਯੂਜ਼ ਕਰਨ ਦਾ ਮਤਲਬ ਹੈ ਕਿ ਵਾਇਲੇਸ਼ਨ ਪਿਛਲੇ ਵੀਕ ਮੈਨੂੰ ਇਹ ਵੀ ਆਈਆਂ ਹੈਗੀਆਂ ਕਿ ਆਇਓਵਾ ਜਾਂ ਇੱਧਰ ਜਿਹੜੇ ਆ ਸਟੇਟ ਆ 80 ਦੇ ਉੱਤੇ ਇਹ ਬਿਲਕੁਲ ਹੀ ਸਿੱਧਾ ਹੀ ਕਹਿ ਰਹੇ ਆ ਵੀ ਅਸੀਂ ਮਤਲਬ ਹੀ ਨੀ ਸਾਨੂੰ ਵੀ ਕਿਹੜਾ ਮਾਡਲ ਤੁਹਾਡਾ ਬੰਦ ਹੋਇਆ ਕਿਹੜਾ ਨਹੀਂ ਹੋਇਆ ਸਾਡੇ ਲਈ ਸਿਰਫ ਇੱਕ ਨਾਂ ਆ ਨਾਂ ਬੰਦ ਹੋ ਗਿਆ ਤੇ ਸਾਰੀਆਂ ਬੰਦ ਹੋ ਗਈਆਂ ਸਾਡੇ ਨੂੰ ਸਾਨੂੰ ਕੋਈ ਮਤਲਬ ਨੀ ਗਾ ਤੁਸੀਂ ਨਾਨ ਕੰਪਲਾਇੰਟ ਠੀਕ ਆ ਸੋ ਇਹ ਇਹ ਜਿੱਦਾਂ ਆਪਾਂ ਜਦੋਂ ਗੱਲ ਕਰਦੇ ਹੁੰਦੇ ਨਾ ਵੀ ਹਰ ਇੱਕ ਸਟੇਟ ਦੀ ਜਿਹੜੀ ਲਾ ਇਨਫੋਰਸਮੈਂਟ ਆ ਉਹ ਡਿਫਰੈਂਟ ਆ ਹਰ ਸਟੇਟ ਦੀ ਲਾ ਇਨਫੋਰਸਮੈਂਟ ਜਿਹੜੀ ਆ ਉਹ ਟੋਟਲੀ ਇੰਟਰਪ੍ਰੇਟ ਡਿਫਰੈਂਟ ਕਰਦੀ ਆ ਇਹ ਫਰਸਟ੍ਰੇਸ਼ਨ ਵੀ ਆ ਸਾਡੇ ਲਈ ਕਿ ਜਦੋਂ ਡੀਓਟੀ ਤੋਂ ਕੋਈ ਲਾ ਇਸ਼ੂ ਹੁੰਦਾ ਕੋਈ ਇਨਫੋਰਮੇਸ਼ਨ ਆਉਂਦੀ ਆ ਉਹ ਹਰ ਸਟੇਟ ਨੂੰ ਡਿਫਰੈਂਟ ਆਪਣੇ ਆਪਣੇ ਢੰਗ ਦੇ ਨਾਲ ਲੈ ਰਹੀ ਆ ਆਪਣੇ ਆਪਣੇ ਢੰਗ ਦੇ ਨਾਲ ਉਹਨੂੰ ਇੰਟਰਪ੍ਰੇਟ ਕਰਦੇ ਆ ਠੀਕ ਆ ਸੋ ਇਸ ਕਰਕੇ ਜਿਹੜਾ ਅਸੀਂ ਜਿਹੜਾ ਡੀਓਟੀ ਦਾ ਲਾਅ ਆ ਅਸੀਂ ਉਹ ਦੱਸਦੇ ਹਾਂ ਤੁਹਾਨੂੰ ਉਹਨੂੰ ਸਟੇਟ ਕਿੱਦਾਂ ਇੰਟਰਪ੍ਰੇਟ ਕਰ ਰਹੀ ਆ ਉਹ ਸਾਡੇ ਹੱਥ ਚ ਨੇਗਾ ਜੀ ਸੋ ਪਲੀਜ਼ ਜਿਹੜਾ ਲਾਅ ਆ ਉਹ ਇਹ ਕਹਿੰਦਾ ਆ ਜਿਹੜੀ ਰਿਵੋਕ ਹੋਈ ਈਐਲਡੀ ਆ ਉਹ ਦਸੰਬਰ 1 ਤੋਂ ਬਾਅਦ ਜਿਹੜੀ ਆ ਉਹ ਨਾਨ ਕੰਪਲਾਇੰਟ ਹੈਗੀ ਆ ਤੁਸੀਂ ਪੇਪਰ ਲਾਗ ਬੁੱਕ ਯੂਜ਼ ਕਰ ਸਕਦੇ ਆ ਔਰ ਪੇਪਰ ਲਾਗ ਬੁੱਕ ਯੂਜ਼ ਕਰਨ ਦੇ ਨਾਲ ਨਾਲ ਤੁਹਾਨੂੰ ਜਿਹੜਾ ਆ ਆਪਣੀ ਨਵੀਂ ਈਐਲਡੀ ਜਿਹੜੀ ਆ ਉਹ ਆਰਡਰ ਕਰਨੀ ਪੈਣੀ ਆ ਉਹਦੀ ਰਸੀਦ ਨਾਲ ਰੱਖੋ ਉਹਦਾ ਆਰਡਰ ਕਨਫਰਮੇਸ਼ਨ ਨਾਲ ਰੱਖੋ ਤਾਂ ਕਿ ਤੁਸੀਂ ਲਾ ਇਨਫੋਰਸਮੈਂਟ ਨੂੰ ਦਿਖਾ ਸਕੋ ਕਿ ਮੈਂ ਪੇਪਰ ਲਾਗ ਬੁੱਕ ਯੂਜ਼ ਕਰ ਰਿਹਾ ਮੇਰੀ ਈਐਲਡੀ ਰਿਵੋਕ ਹੋ ਗਈ ਸੀ ਆਹ ਮੇਰੀ ਨਵੀਂ ਈਐਲਡੀ ਦਾ ਆਰਡਰ ਫਾਰਮ ਆ ਮੈਂ ਸਾਰਾ ਕੁਝ ਰੈਡੀ ਟੂ ਗੋ ਆ ਜਿੱਦਣ ਮੇਰੀ ਈਐਲਡੀ ਆ ਗਈ ਮੈਂ ਲਵਾ ਲੂੰਗਾ ਸੋ ਦਿਸ ਇਜ਼ ਹਾਊ ਇਟ ਕੈਨ ਵਰਕ ਠੀਕ ਹੈ ਦੂਸਰੀ ਗੱਲ ਇਹ ਆ ਕਿ ਬਹੁਤ ਜਿਹੜੇ ਉਹਨਾਂ ਦੀਆਂ ਕਾਲਾਂ ਆ ਰਹੀਆਂ ਹੈਗੀਆਂ ਕਿ ਭਾਜੀ ਕੀ ਕਰੀਏ ਸਾਡੇ ਜਿਹੜੇ ਹੁਣ ਨਵੇਂ ਡਰਾਈਵਰ ਰੱਖੇ ਆ ਉਹਨਾਂ ਨੂੰ ਈਐਲਡੀ ਪੇਪਰ ਵਾਲੀ ਬਣਾਉਣੀ ਨੀ ਆਉਂਦੀ ਹੁਣ ਇਹ ਵੀ ਬਹੁਤ ਵੱਡੀ ਇਸ਼ੂ ਆ ਬਹੁਤ ਵੱਡੀ ਪ੍ਰੋਬਲਮ ਹੈ ਇਹ ਵੀ ਨਵੀਂ ਚੀਜ਼ ਆ ਗਈ ਨਾ ਲਾਈਕ ਫੁੱਲ ਸਰਕਲ ਆ ਨਵੀਂ ਨਹੀਂ ਇਹ ਚੀਜ਼ ਬਹੁਤ ਵੱਡਾ ਇਸ਼ੂ ਬਣਦਾ ਜਾ ਰਿਹਾ ਕਿਉਂਕਿ ਬਹੁਤ ਜ਼ਿਆਦਾ ਡਰਾਈਵਰ ਐਸੇ ਆ ਜਿਨ੍ਹਾਂ ਨੂੰ ਪੇਪਰ ਲੌਗ ਬੁੱਕ ਦਾ ਪਤਾ ਹੀ ਕੱਖ ਨਹੀਂ ਉਹ ਆਏ ਸੀ ਤੇ ਈਐਲਡੀ ਐਰਾ ਚ ਆਏ ਨਾ ਫਿਰ ਹਾਂ ਨਹੀਂ ਨਹੀਂ ਈਐਲਡੀ ਐਰਾ ਚ ਤੁਸੀਂ ਆਏ ਆ ਦੈਟਸ ਫਾਈਨ ਪਰ ਜਦੋਂ ਤੁਸੀਂ ਟਰੱਕ ਸਕੂਲ ਚ ਜਾਂਦੇ ਆ ਤੁਹਾਨੂੰ ਪੇਪਰ ਈਐਲਡੀ ਸਾਰੀ ਸਿੱਖਣੀ ਚਾਹੀਦੀ ਆ ਸਿਖਾਉਣੀ ਪੈਂਦੀ ਆ ਉੱਥੇ ਪੇਪਰ ਈਐਲਡੀ ਤੇ ਸਾਰਾ ਸਿੱਖਾ ਉੱਥੇ ਇਲੈਕਟ੍ਰੋਨਿਕ ਈਐਲਡੀ ਤੇ ਤੁਹਾਨੂੰ ਨੀ ਸਿਖਾ ਸਕਦੇ ਉੱਥੇ ਪੇਪਰ ਈਐਲਡੀ ਤੇ ਸਿੱਖਣਾ ਪੈਣਾ ਨਾ 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 ਉੱਥੇ ਸਕੂਲ ਦੇ ਵਿੱਚ ਪੇਪਰ ਈਐਲਡੀ ਚੱਲਦੇ ਇਹਦਾ ਮਤਲਬ ਕਿਤੇ ਉਹ ਵੀ ਰਹਿ ਗਿਆ ਕੰਮ ਉਹਨਾਂ ਤੋਂ ਸਿੱਖਣਾ ਹੁਣ ਇਹ ਵੀ ਇੱਕ ਬਹੁਤ ਜ਼ਿਆਦਾ ਦੀ ਪ੍ਰੋਬਲਮ ਹੈਗੀ ਭਾਜੀ ਪੇਪਰ ਈਐਲਡੀ ਤੇ ਚਲਾ ਤਾਂ ਲਈਏ ਪਰ ਬੰਦੇ ਨੂੰ ਬਣਾਉਣੀ ਨਹੀਂ ਆਉਂਦੀ ਚਲੋ ਯੂਟਿਊਬ ਦੇਖੋ ਉਹਨੇ ਦੀ ਕਈਆਂ ਨੇ ਬਣਾਈ ਹੋਣੀ ਕਿਤੇ ਬਣਾਉਣੀ ਆ ਸੋ ਆਈ ਥਿੰਕ ਦੈਟ ਵਿਲ ਬੀ ਦੀ ਈਜ਼ੀ ਪਾਰਟ ਉਹਦੇ ਵਿੱਚ ਜੀ ਨਹੀਂ ਸਰ ਦੱਸਿਆ ਰਾਜਕਰਨ ਤੁਸੀਂ ਨਾਤਾ ਨੂੰ ਕਾਲ ਕਰੋ ਸਾਡੇ ਕੋਲ ਡਰਾਈਵਰ ਦਾ ਟੈਸਟ ਹੈਗਾ ਆ ਜਾਂ ਈਐਲਡੀ ਦਾ ਸਾਡੇ ਕੋਲ ਆਪਣਾ ਹੈਗਾ ਤੁਹਾਡਾ ਟ੍ਰੇਨਿੰਗ ਕੀ ਕਹਿੰਦੇ ਟ੍ਰੇਨਿੰਗ ਹੈਗੀ ਆ ਜੀ ਠੀਕ ਹੈ ਜੀ ਸੋ ਤੁਸੀਂ ਟ੍ਰੇਨਿੰਗ ਬਾਏ ਕਰ ਸਕਦੇ ਆਪਣੇ ਡਰਾਈਵਰਸ ਲਈ ਉਹਨਾਂ ਨੂੰ ਕਹੋ ਟ੍ਰੇਨਿੰਗ ਪਾਸ ਕਰੋ ਆਪਣੀ ਜੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਹੈਗਾ ਹਰ ਇੱਕ ਇੰਡਸਟਰੀ ਦੇ ਵਿੱਚ ਹਿੱਟ ਕਰ ਰਿਹਾ ਤੇ ਸੋਮਵਾਰ ਨੂੰ ਸਾਡੇ ਜਿਹੜੇ ਸਪੈਸ਼ਲ ਸ਼ੋਅ ਹੁੰਦਾ ਹੈਗਾ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਜੀ ਹਰਵਿੰਦਰ ਕੰਗ ਹੋਣੀ ਜਿਹੜੇ ਮੈਨੇਜਰ ਆ ਕੰਪਨੀ ਚ ਇੱਥੋਂ ਉਹਨੇ ਮਾਸਟਰਸ ਕੀਤੀ ਆ ਰਾਜਕਨਵੀਰ ਸਿੰਘ ਵੀ ਤੁਹਾਨੂੰ ਪਤਾ ਹੀ ਆ ਵੀ ਇੱਥੋਂ ਇਹਨਾਂ ਨੇ ਮਾਸਟਰਸ ਕੀਤੀ ਹੋਈ ਆ ਸੈਨ ਜੋਸੇ ਸਟੇਟ ਯੂਨੀਵਰਸਿਟੀ ਤੋਂ ਹੁਣ ਟਰੱਕਿੰਗ ਇੰਡਸਟਰੀ ਚ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਉਹ ਬਿਲਕੁਲ ਲੀਡਰ ਲੈ ਰਹੀ ਹੈਗੀ ਆ ਇਹਦਾ ਜਿਹੜਾ ਇਫੈਕਟ ਆ ਕਹਿੰਦੇ ਤਾਂ ਜਿਹੜੇ ਤਾਂ ਹੈਗੇ ਯੰਗ ਡਰਾਈਵਰ ਉਹ ਤਾਂ ਇਹਨੂੰ ਅਡੈਪਟ ਕਰ ਸਕਦੇ ਬਹੁਤ ਈਜ਼ੀਲੀ ਜਿਹੜੇ ਥੋੜੇ ਓਲਡਰ ਡਰਾਈਵਰ ਆ ਜਿਹੜੇ 40-45 ਸਾਲ ਤੋਂ ਉੱਪਰ ਦੇ ਆ ਉਹਨਾਂ ਲਈ ਔਖਾ ਹੋਊਗਾ ਪਰ ਇਹਦਾ ਫਾਇਦਾ ਬਹੁਤ ਆ ਹੁਣ ਵੱਖ ਵੱਖ ਅੱਜ ਵੀ ਇੱਕ ਬਹੁਤ ਵੱਡੀ ਨਿਊਜ਼ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਇੱਕ ਕੰਪਨੀ ਜਿਹੜੀ ਆ ਇੱਕ ਸੋਫਟਵੇਅਰ ਕੰਪਨੀ ਸੰਸਾਰਾ ਕਰਕੇ ਆ ਉਹਨਾਂ ਨੇ ਇੱਕ ਆਰਟੀਫਿਸ਼ੀਅਲ ਪਾਵਰਡ ਕੋਚ ਤਿਆਰ ਕੀਤਾ ਇੱਕ ਉਹ ਇੰਸਟਰੂਮੈਂਟ ਆ ਤੁਸੀਂ ਆਪਣੇ ਉਹਦੇ ਚਲਾ ਦਿੰਦੇ ਆ ਟਰੱਕ ਦੇ ਵਿੱਚ ਤੇ ਸਾਰਾ ਕੁਛ ਜਿਹੜਾ ਰਿਕਾਰਡ ਹੋਈ ਈਵਨ ਜੇ ਡਰਾਈਵਰ ਫੋਨ ਵੀ ਚੱਕੂਗਾ ਤੇ ਉਹਨੂੰ ਇੱਕਦਮ ਬੋਲ ਪੈਣਾ ਵੀ ਭਾਈ ਫੋਨ ਥੱਲੇ ਰੱਖ ਤੇ ਮੂਹਰੇ ਵੈਦਰ ਕਿੱਦਾਂ ਦਾ ਆ ਕਈ ਜਿਹੜੇ ਫਰੋਡ ਐਕਸੀਡੈਂਟ ਹੁੰਦੇ ਆ ਵੀ ਲੈ ਜੀ ਵੱਡੀ ਗੱਡੀ ਚ ਆਪਾਂ ਕਾਰ ਮਾਰ ਲਈਏ ਤੇ ਪੈਸੇ ਮਿਲ ਜਾਊਗੇ ਉਹ ਸਾਰਾ ਕੁਝ ਉਹਦੇ ਚ ਰਿਕਾਰਡ ਹੋਣਾ ਸੋ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਇਸ ਸਾਲ ਦੇ ਵਿੱਚ ਹੁਣ ਸਾਲ ਤਾਂ ਚਲੋ ਐਂਡ ਹੀ ਆ ਆਉਣ ਵਾਲੇ ਸਾਲ ਦੇ ਵਿੱਚ ਬਹੁਤ ਵੱਡੀ ਜਿਹੜੀ ਆ ਇਹਦਾ ਯੂਜ਼ ਆ ਹੁਣ ਟਰੱਕਿੰਗ ਇੰਡਸਟਰੀ ਕਰੂਗੀ ਇੰਸ਼ੋਰੈਂਸ ਕੰਪਨੀਆਂ
ਰਿਕੁਆਇਰ ਕਰ ਰਹੀ ਹਾਂ ਬਹੁਤ ਸਾਰਿਆਂ ਨੂੰ ਵੀ ਉਹਦੇ ਵਿੱਚ ਯੂਜ਼ ਕਰੋ ਤਾਂ ਕਿ ਪਤਾ ਲੱਗ ਸਕੇ। ਕੁਛ ਜਿਹੜੇ ਡਰਾਈਵਰਸ ਆ ਉਹ ਇਹ ਕਹਿ ਰਿਹਾ ਵੀ ਸਾਡੀ ਜਿਹੜੀ ਆ ਉਹ ਹਿੱਟ ਹੋਣੀ ਆ, ਪਰ ਅਲਟੀਮੇਟਲੀ ਚਾਹੇ ਉਹ ਟਰੱਕਿੰਗ ਕੰਪਨੀਆਂ ਆ ਚਾਹੇ ਉਹ ਇੰਸ਼ੋਰੈਂਸ ਕੰਪਨੀਆਂ ਆ, ਉਹਨਾਂ ਨੂੰ ਇਹ ਸੇਫਟੀ ਜਿਹੜਾ ਮੇਨ ਕੰਸਰਨ ਆ, ਤੇ ਇਹ ਆਰਟੀਫਿਸ਼ਲ ਇੰਟੈਲੀਜੈਂਸ ਸੇਫਟੀ ਦੇ ਲਈ ਬਹੁਤ ਵਧੀਆ ਜਿਹੜੀ ਆ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੀ ਵਰਤੋਂ ਹੋਊਗੀ। ਕਈ ਕੰਪਨੀਆਂ ਨੇ ਆਲਰੇਡੀ ਯੂਜ਼ ਕਰਨਾ ਵੀ ਇਸ ਨੂੰ ਸ਼ੁਰੂ ਕਰ ਦਿੱਤਾ ਹੈਗਾ ਜੀ। ਕਾਲਰ ਵੀ ਲੈ ਲੈਂਦੇ ਹਾਂ ਜੀ 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 ਬਿਲਕੁਲ ਹਜੇ ਭਾਈ ਕਿ ਆਪਣਾ ਇੱਕ ਹੁਣ ਜਿਹੜੀ ਯੂਕੇ ਬੇਸ ਕੰਪਨੀ ਹੈਗੀ ਆ ਉਹਨਾਂ ਨੇ ਇੱਕ ਸ਼ਿਪਿੰਗ ਲੇਬਲ ਵੀ ਕ੍ਰੀਏਟ ਕਰ ਲਿਆ ਜਿਹੜਾ ਕਿ ਇੰਬੈਡਡ ਚਿਪ ਦੇ ਨਾਲ ਆਉਂਦਾ ਆ, ਜੋ ਸ਼ਿਪਿੰਗ ਲੇਬਲ ਜਦੋਂ ਤੁਹਾਡੇ ਪੈਕੇਜਸ ਤੋਂ ਲੱਗਦਾ ਹੈ 5G ਸੈਲੂਲਰ ਦੇ ਨਾਲ ਉਹ ਕਨੈਕਟਡ ਰਹਿੰਦਾ ਆ ਤੇ ਉਹ ਜਿਹੜੇ ਪੈਕੇਜ ਆ ਲਾਈਵ ਉਹ ਜਿਹੜੇ ਆ ਟ੍ਰੈਕਿੰਗ ਹਾਂਜੀ। ਕੱਲ ਮੈਂ ਖੇਤੀਬਾੜੀ ਵਾਲੀ ਚ ਗਿਆ ਸੀ, ਪੈਕਰਸ ਦੀਆਂ ਕਈ ਜੋਬਾਂ ਖਤਰੇ ਚ ਆ AI ਦੇ ਕਰਕੇ, ਉੱਥੇ ਕਈ ਮਸ਼ੀਨਾਂ ਨਵੀਆਂ ਦੇਖੀਆਂ ਆ ਉਹ ਰਿਪੋਰਟ ਦੇ ਵਿੱਚ ਤੁਸੀਂ ਦੇਖਿਓ। ਹੁਣ ਇਹ ਨਾ ਕਿਹਾ ਵੀ ਡਰਾਉਂਦੇ ਆ ਜਾਂ ਕੀ ਆ, ਬਟ ਦੈਟਸ ਦ ਰਿਐਲਿਟੀ ਆਫ ਇਟ ਭਾਈ। ਜਿਹੜੀਆਂ ਕੰਪਨੀਆਂ ਉਹਨਾਂ ਨੂੰ ਬੈਨੀਫਿਟ ਦਾ ਮਤਲਬ ਆ, ਉਹ ਬੰਦਾ ਇਹ ਨਹੀਂ ਕਹਿੰਦੇ ਵੀ 8 to 5 ਕੰਮ ਕਰਦਾ ਹੋਵੇ, 5 ਵਜੇ ਥੱਕਿਆ ਹੋਵੇ ਫਿਰ ਕੰਮ ਦਾ ਚੱਜ ਨਾ ਹੋਵੇ, ਮਸ਼ੀਨ ਤੋਂ ਕੰਮ ਕਰਾਓ ਜਿਹੜੀ ਨਾਨ ਸਟਾਪ ਜਿਹੜੀ ਲਗਾਤਾਰ ਕਰਦੀ ਰਹੇ। ਸੋ ਕਹਿੰਦੇ ਰਹੇ ਆ ਵੀ ਦੇਖੋ ਹੁਣ ਜਿਹੜੇ ਟਰੱਕ ਆ ਇਹ ਟਰੱਕ ਚ ਬੈਠ ਕੇ ਨਹੀਂ ਚੱਲਣੇ, ਘਰੋਂ ਚੱਲਣੇ, ਆਫਿਸ ਚ ਚੱਲਣੇ ਆ। ਇੱਥੇ ਜਿਹੜੀ ਟਰੈਕਟਰ ਕਹਿੰਦੇ ਟਰੈਕਟਰ ਦਿਖਾਇਆ ਸੀ ਨਹੀਂ ਹੋਣੀ ਤੁਹਾਡੇ ਘਰੋਂ ਤੁਸੀਂ ਕਰ ਸਕਦੇ ਆਫਿਸ ਚੋਂ ਟਰੈਕਟਰ। ਬਹੁਤ ਕੁਛ ਚੇਂਜ ਹੋ ਰਿਹਾ ਹੈ, ਬਹੁਤ ਕੁਛ ਬਹੁਤ ਤੇਜ਼ੀ ਦੇ ਨਾਲ ਚੇਂਜ ਹੋ ਰਿਹਾ। ਸੋ ਆਪਾਂ ਨੂੰ ਸਮੇਂ ਦੇ ਹਾਣੀ ਬਣਨਾ ਪੈਣਾ। ਜਿਹੜੇ ਕਹਿੰਦੇ ਆ ਨਾ ਵੀ ਭਾਈ ਪਹਿਲਾਂ ਨਾ ਗੱਲ ਕਰੋ, ਬਾਅਦ ਦੇ ਵਿੱਚ ਜਦੋਂ ਅਗਲੇ ਦਿਨ ਆਉਣ ਵਾਲੀ ਹੋਊਗੀ ਉਦੋਂ ਦੱਸੇ। ਵੈਸੇ ਆਪਾਂ ਨੂੰ ਮੇਬੀ ਕਾਰ ਵਾਲੀ 30 ਤਰੀਕ ਨੂੰ ਦੱਸਣੀ ਚਾਹੀਦੀ ਸੀ ਰਮਨ ਜੀ, ਸ਼ਾਇਦ ਫਿਰ ਠੀਕ ਰਹਿੰਦੇ ਵੀ ਹਾਏ ਸਾਨੂੰ ਗੁੱਡ ਨਿਊਜ਼ ਉਦੋਂ ਮਿਲ ਗਈ ਆ। ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਤਿੰਨਾਂ ਭਰਾਵਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਤੁਹਾਡੀਆਂ ਸਾਰੇ ਗੱਲਾਂ ਬਹੁਤ ਸਹੀ ਆ, ਸੱਚ ਆ ਨਾ, ਧੰਨਵਾਦ ਤੁਹਾਡਾ ਬਹੁਤ। ਭਾਜੀ ਗੱਲ ਦਾ ਕੀ ਆ ਨਾ, ਜਦੋਂ ਨੈਫਟਾ ਸ਼ੁਰੂ ਹੋਇਆ ਸੀ ਨਾ, ਮੈਨੂੰ ਵੀ ਬਹੁਤ ਚਾਅ ਸੀਗਾ, ਖੁਸ਼ੀ ਸੀਗੀ ਵੀ ਆਪਣਾ ਆਰਗਨਾਈਜੇਸ਼ਨ ਕੋਈ ਸ਼ੁਰੂ ਹੋਇਆ ਟਰੱਕਿੰਗ ਦਾ, ਨਾ ਵਧੀਆ ਸੀਗਾ ਨਾ। ਪਰ ਜਿੱਦਾਂ ਗੱਲ ਦਾ ਕੀ ਆ, ਆਪਣੇ ਬੰਦੇ ਸ਼ੱਕ ਬਹੁਤ ਕਰਦੇ ਆ ਨਾ। ਮੈਂ ਵੀ ਬਹੁਤ ਰੌਲੀ ਪਾਈ ਸਾਰਿਆਂ ਨੂੰ ਬਈ ਜਿਹਨਾਂ ਨਾਲ ਗੱਲ ਕਰਨੀ ਵੀ ਨੈਫਟਾ ਜੁਆਇਨ ਕਰੋ, ਬਈ ਆਪਣਾ ਆਰਗਨਾਈਜੇਸ਼ਨ ਆ ਪੰਜਾਬੀਆਂ ਦਾ, ਬਈ ਆਪਾਂ ਨੂੰ ਫਾਇਦਾ ਹੋਊਗਾ। ਪਰ ਗੱਲ ਦਾ ਕੀ ਆ, ਆਪਣੇ ਬੰਦੇ ਸ਼ੱਕ ਬਹੁਤ ਕਰਦੇ ਆ ਬਈ ਇਹ ਬੰਦੇ ਨੇ ਕਾਹਦੇ ਆਰਗਨਾਈਜ਼ ਸ਼ੁਰੂ ਕੀਤਾ, ਵੀ ਇਹਨੂੰ ਕੀ ਫਾਇਦਾ ਹੋਊਗਾ, ਏਦਾਂ ਗੱਲਾਂ ਨਾ। ਏਦਾਂ ਨੀ, ਆਪਾਂ ਨੂੰ ਡਬਲ ਮਾਈਂਡ ਨੀ ਕਰਨਾ ਚਾਹੀਦਾ ਬਈ ਆਪਾਂ ਕੋਈ ਬੰਦਾ ਜੇ ਆਰਗਨਾਈਜ਼ ਸ਼ੁਰੂ ਕਰਦਾ ਜਾਂ ਮੋਹਰੇ ਹੁੰਦਾ ਨਾ, ਬਈ ਉਹਨੂੰ ਕੋਈ ਫਾਇਦਾ ਕੱਢਣ ਉਹਨੇ ਸ਼ੁਰੂ ਕੀਤਾ, ਇਹਦਾ ਸਾਰਿਆਂ ਦਾ ਫਾਇਦਾ ਹੋਣਾ ਸੀਗਾ। ਸੋ ਯੂਨੋ ਮੈਂ ਵੀ ਸਾਰਿਆਂ ਨੂੰ ਕਹਿੰਦਾ ਹੁੰਦਾ ਜੀ ਵੀ ਜੁਆਇਨ ਕਰੋ, ਪਰ ਮਾੜੀ ਗੱਲ ਇਹ ਆ ਵੀ ਆਪਣੇ ਬੰਦੇ ਜੁਆਇਨ ਨੀ ਕਰਦੇ, ਫਿਰ ਮਗਰ ਉਹ ਕਹਿੰਦੇ ਵੀ ਆਪਾਂ ਇਕੱਠੇ ਨੀ ਹੁੰਦੇ। ਏਦਾਂ ਨੀ ਚਾਹੀਦਾ, ਹੋਰ ਆਰਗਨਾਈਜੇਸ਼ਨ ਬਹੁਤ ਬਣੇ ਆ ਜਿਹੜੇ ਗੋਰਿਆਂ ਨੇ ਬਣਾਏ ਆ, ਉਹ ਕਾਮਯਾਬ ਤਾਂ ਹੀ ਹੁੰਦੇ ਆ ਕਿਉਂਕਿ ਉਹਨਾਂ ਦੇ ਨੰਬਰ ਵੱਧਦੇ ਆ, ਮੈਂਬਰ ਜ਼ਿਆਦੇ ਹੁੰਦੇ ਆ। ਸੋ ਇਹ ਗੱਲ ਆ ਨਾ ਵੀ ਏਦਾਂ ਆਪਾਂ ਨੂੰ ਸ਼ੱਕ ਨੀ ਕਰਨੀ ਚਾਹੀਦੀ, ਜੇ ਬੰਦਾ ਕੋਈ ਮੋਹਰੇ ਹੁੰਦਾ ਕੋਈ ਕੰਮ ਕਰਨਾ ਮੰਗਦਾ, ਆਪਾਂ ਨੂੰ ਲੱਤ ਨੀ ਖਿੱਚਣੀ ਚਾਹੀਦੀ, ਉਹਨੂੰ ਸਪੋਰਟ ਕਰਨਾ ਚਾਹੀਦਾ ਵੀ ਆਪਣੇ ਲਈ ਕੋਈ ਫਾਇਦਾ ਹੋਊਗਾ ਇਸ ਆਰਗਨਾਈਜੇਸ਼ਨ ਵਿੱਚੋਂ। ਸੋ ਇਹ ਮੈਂ ਦੇਖਿਆ ਜਿੱਦਾਂ ਵੀ ਇਹ ਬਹੁਤ ਆਪਣੇ ਗਲਤੀ ਆ ਜਿੱਦਾਂ ਸੋਚਣ ਚ, ਆਪਣੀ ਕਮਿਊਨਿਟੀ ਸ਼ੱਕ ਤੋਂ ਕਰ ਦਿੰਦੀ ਆ। ਥੈਂਕ ਯੂ, ਧੰਨਵਾਦ ਜੀ, ਮਿਹਰਬਾਨੀ। ਕੰਮ ਦੇਖੋ ਜੀ, ਜੇ ਕੰਮ ਵਧੀਆ ਕਰ ਰਿਹਾ ਤਾਂ ਸਪੋਰਟ ਕਰੋ, ਜੇ ਨਹੀਂ ਕਰ ਰਹੇ ਤਾਂ ਫਿਰ ਪਤਾ ਹੀ ਆ ਜੀ ਉਹ ਚੀਜ਼ ਬਹੁਤਾ ਚਿਰ ਟਿਕਦੀ ਨਹੀਂ ਹੁੰਦੀ, ਇਹ ਰਿਐਲਿਟੀ ਆ।